ਤਾ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਸ਼ਰਦਾ ਲੂਆਂ ਨਾਲ ਭਰੀ ਬਸ ਤੇ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹਾਦਸੇ ਦੇ ਵਿੱਚ 10 ਸ਼ਰਦਾ ਲੂਆਂ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੱਤਵਾਦੀਆਂ ਦੇ ਵੱਲੋਂ ਬਸ ਤੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਇਹ ਬਸ ਸਿੱਧਾ ਖਾਈ ਦੇ ਵਿੱਚ ਜਾ ਡਿੱਗਦੀ ਹੈ ਜਿਸ ਕਾਰਨ 10 ਸ਼ਰਦਾਲੂਆਂ ਦੀ ਮੌਤ ਹੋ ਗਈ ਜਦਕਿ 33 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਵਾਰਦਾ ਤੋਂ ਬਾਅਦ ਮੌਕੇ ਤੇ ਚੀਕ ਚਿਹੜਾ ਪੈ ਜਾਂਦਾ ਹੈ ਤਾਂ ਕਈ ਸ਼ਰਦਾਲੂ ਬਸ ਦੇ ਵਿੱਚੋਂ ਨਿਕਲ ਕੇ ਪੱਥਰਾਂ ਤੇ ਜਾ ਡਿੱਗਦੇ ਨੇ ਤਾਂ ਖੂਨ ਨਾਲ ਲਤਪਤ ਉਹ ਬਾਹਰ ਡਿੱਗਦੇ ਨੇ ਤਾਂ ਮੌਕੇ ਤੇ ਫਿਰ ਸੁਰੱਖਿਆ ਕਰਮੀ ਪਹੁੰਚਦੇ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਦੱਸ ਦੇ ਕਿ ਇਸ ਦੇ ਵਿੱਚ ਹਾਲੇ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 33 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਪਹੁੰਚਾ ਦਿੱਤਾ ਹੈ ਮਰਨ ਵਾਲਿਆਂ ਦੇ ਵਿੱਚ ਔਰਤਾਂ ਤੇ ਬੰਦੇ ਦੋਨੋਂ ਸ਼ਾਮਿਲ ਨੇ ਤਾਂ ਫਿਲਹਾਲ ਹਲੇ 33 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਵੱਡੀ ਵਾਰਦਾਤ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸਦੇ ਕਿ ਘਾਤ ਲਗਾ ਕੇ ਬੈਠੇ ਸੀ ਤਾਂ ਜਦ ਬੱਸ ਕੋਲੇ ਆਉਂਦੀ ਆ ਤਾਂ ਉਹਨਾਂ ਦੇ ਵੱਲੋਂ ਇਸ ਬੱਸ ਤੇ ਹਮਲਾ ਕੀਤਾ ਗਿਆ ਤਾਂ ਸ਼ਰਦਾ ਲੂ ਬੈਠੇ ਸੀ ਜਿਹੜੇ ਕਿ ਮੱਥਾ ਟੇਕਣ ਜਾ ਰਹੇ ਸੀ ਤਾਂ ਇਸ ਤੋਂ ਪਹਿਲਾਂ ਹੀ ਅੱਤਵਾਦੀਆਂ ਦੇ ਵੱਲੋਂ ਇਸ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 10 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਤਾਂ ਸ਼ਰਦਾਲੂਆਂ ਦੇ ਨਾਲ ਭਰੀ ਸੀ ਇਹ ਬਸ ਤਾਂ ਰਸਤੇ ਦੇ ਵਿੱਚ ਇਹ ਅਤਵਾਦੀ ਬੈਠੇ ਹੁੰਦੇ ਆ ਤਾਂ ਅਚਾਨਕ ਇਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਬਸ ਫਿਰ ਸੰਤੁਲਨ ਖੋਦ ਦਿੰਦੀ ਹੈ ਤਾਂ ਖਾਈ ਦੇ ਵਿੱਚ ਕਈ ਫੁੱਟ ਨੀਚੇ ਜਾ ਕੇ ਡਿੱਗਦੀ ਹੈ ਤਾਂ ਇਸ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਇਹ ਲੋਕ ਹੋਣਾ ਲਾਤਪਤ ਵਸਤੂ ਬਾਹਰ ਆ ਕੇ ਡਿੱਗਦੇ ਨੇ ਤਾਂ ਮੌਕੇ ਤੇ ਹੁਣ ਸੁਰੱਖਿਆ ਕਰਮੀਆਂ ਦੇ ਵੱਲੋਂ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਵਿੱਚ ਕੋਈ ਦੋਹराई ਨਹੀਂ ਹੈ ਕਿ ਇੱਕ ਬਹੁਤ ਹੀ ਅਨਫੋਰਚੂਨੇਟ ਇਨਸिडेंट ਹੋਇਆ ਹੈ ਔਰ ਇਹ ਇਨੀਸ਼ੀਅਲੀ ਜੋ ਹਮੇਂ ਰਿਪੋਰਟਸ ਆਈ ਹੋਈ ਹੈ ਕਿ ਹੈਕਿੰਗ ਨਾਲ ਜੁੜੇ ਹੋਏ ਬੈਠੇ تھے ਔਰ ਉਹਨੇ ਉਸ ਬੱਸ ਕੇ ਉੱਪਰ ਫਾਇਰ ਕੀਤਾ ਜੋ ਕਿ ਸ਼ਿਫਟ ਥੋੜੀ ਸੇ ਨਿਕਲੀ ਥੀ ਔਰ ਟੂਵਰਡਸ ਕਟੜਾ ਜਾ ਰਹੀ ਥੀ उसकी वजह से जो ड्राइवर है उसका बैलेंस जो है वो बिगड़ा और वो नीचे बस जो है वो खाई में चली गई रेस्क्यू ऑपरेशन जो है वो अभी कंप्लीट किया जा चुका है, right है। नाइन अर्थी और डेड राइट नाउ एंड थर्टी थ्री इंजर्ड हुए हैं उनको इमिजिएटली नारायणा हॉस्पिटल और डिस्ट्रिक्ट हॉस्पिटल रियासी के लिए एम्बुलेंसेस को निकाल दिया गया ये लोकल्स नहीं है दे अभी उनकी आइडेंटिटीज जो है वो क्लियर नहीं हो पाई हैं बट jo ab initially pata chala hai they may be belong to you ਤਾਂ ਤੁਹਾਨੂੰ ਦੱਸਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਸ਼ਰਦਾ ਲੂਆਂ ਨਾਲ ਭਰੀ ਬਸ ਤੇ ਅੱਤਵਾਦੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸਦੇ ਕਿ ਜੰਮੂ ਕਸ਼ਮੀਰ ਦੇ ਵਿੱਚ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਹਾਦਸੇ ਦੇ ਵਿੱਚ 10 ਸ਼ਰਦਾ ਲੂਆਂ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਅੱਤਵਾਦੀਆਂ ਦੇ ਵੱਲੋਂ ਬਸ ਤੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਇਹ ਬਸ ਸਿੱਧਾ ਖਾਈ ਦੇ ਵਿੱਚ ਜਾ ਡਿੱਗਦੀ ਹੈ ਜਿਸ ਕਾਰਨ 10 ਸ਼ਰਦਾਲੂਆਂ ਦੀ ਮੌਤ ਹੋ ਗਈ ਜਦਕਿ 33 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਵਾੜਦਾ ਤੋਂ ਬਾਅਦ ਮੌਕੇ ਤੇ ਚੀਕ ਚਾੜਾ ਪੈ ਜਾਂਦਾ ਹੈ ਤਾਂ ਕਈ ਸ਼ਰਦਾਲੂ ਬਸ ਦੇ ਵਿੱਚੋਂ ਨਿਕਲ ਕੇ ਪੱਥਰਾਂ ਤੇ ਜੜ ਡਿੱਗਦੇ ਨੇ ਤਾਂ ਖੂਨ ਨਾਲ ਲਤਪਤ ਉਹ ਬਾਹਰ ਡਿੱਗਦੇ ਨੇ ਤਾਂ ਮੌਕੇ ਤੇ ਫਿਰ ਸੁਰੱਖਿਆ ਕਰਮੀ ਪਹੁੰਚਦੇ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਦੱਸ ਦੇ ਕਿ ਇਸ ਦੇ ਵਿੱਚ ਹਾਲੇ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 33 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਪਹੁੰਚਾ ਦਿੱਤਾ ਹੈ ਤਾਂ ਮਰਨ ਵਾਲਿਆਂ ਦੇ ਵਿੱਚ ਔਰਤਾਂ ਤੇ ਬੰਦੇ ਦੋਨੋਂ ਸ਼ਾਮਿਲ ਨੇ ਤਾਂ ਫਿਲਹਾਲ ਹਲੇ 33 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਵੱਡੀ ਵਾਰਦਾਤ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਕੀਤੀ ਗਈ ਹੈ ਤਾਂ ਦੱਸਦੇ ਕਿ ਘਾਤ ਲਗਾ ਕੇ ਬੈਠੇ ਸੀ ਤਾਂ ਜਦ ਬੱਸ ਕੋਲੇ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਇਸ ਬੱਸ ਤੇ ਹਮਲਾ ਕੀਤਾ ਗਿਆ ਤਾਂ ਸ਼ਰਦਾ ਲੂ ਬੈਠੇ ਸੀ ਜਿਹੜੇ ਕਿ ਮੱਥਾ ਟੇਕਣ ਜਾ ਰਹੇ ਸੀ ਤਾਂ ਇਸ ਤੋਂ ਪਹਿਲਾਂ ਹੀ ਅੱਤਵਾਦੀਆਂ ਦੇ ਵੱਲੋਂ ਇਸ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ 10 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ ਤਾਂ ਸ਼ਰਦਾਲੂਆਂ ਦੇ ਨਾਲ ਭਰੀ ਸੀ ਇਹ ਬਸਸ ਤਾਂ ਰਸਤੇ ਦੇ ਵਿੱਚ ਇਹ ਅੱਤਵਾਦੀ ਬੈਠੇ ਹੁੰਦੇ ਆ ਤਾਂ ਅਚਾਨਕ ਇਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਬਸ ਫਿਰ ਸੰਤੁਲਨ ਖੋਦ ਦਿੰਦੀ ਹੈ ਤਾਂ ਖਾਈ ਦੇ ਵਿੱਚ ਕਈ ਫੁੱਟ نیچے ਜਾ ਕੇ ਡਿੱਗਦੀ ਹੈ ਤਾਂ ਇਸ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਇਹ ਲੋਕ ਖੂਨ ਨਾਲ ਲਤਪਤ ਬਸ ਤੋਂ ਬਾਹਰ ਆ ਕੇ ਡਿੱਗਦੇ ਨੇ ਤਾਂ ਮੌਕੇ ਤੇ ਹੁਣ ਸੁਰੱਖਿਆ ਕਰਮੀਆਂ ਦੇ ਵੱਲੋਂ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਵਿੱਚ ਕੋਈ ਦੋਹrai ਨਹੀਂ ਹੈ ਕਿ ਇਹ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਔਰ ਇਹ इनिशियली uh, जो हमें रिपोर्ट्स आई हुई यही है कि पेलीटेंट्स घात लगाए बैठे थे और उन्होंने उस बस के ऊपर फायर किया जो कि शिवखोड़ी से निकली थी और टूवर्ड्स कटरा जा रही थी uh, उसकी वजह से जो ड्राइवर है उसका बैलेंस जो है वो बिगड़ा और वो नीचे बस जो है वो खाई में चली गई रेस्क्यू ऑपरेशन जो है वो अभी कंप्लीट किया जा चुका है नाइन अर्थ डेड राइट नाउ एंड 33 इंजर्ड हुए हैं उनको इमिजिएटली नारायणा हॉस्पिटल और डिस्ट्रिक्ट हॉस्पिटल रियासी के लिए एम्बुलेंसेस को निकाल दिया गया ये आ, लोकल्स नहीं हैं दे अभी उनकी आइडेंटिटीज़ जो है वो क्लियर नहीं हो पाई हैं बट जो अभी पता चला है वो दे मे बी बिलोंग टू तो यू